ठीक है। तो गाइस एक जा रहा सी नथिया गली का टूर, मैं क्या वाई नोट मी, मैं क्यों नहीं जा सकता। तो असी भी अपना बोरिया बिस्तर त्रैक तैयार किया ते कर उगे ही। आपके साथ तीन मेल हैं और एक फीमेल। नाश्ता नहीं किया, मेरी थोड़ी तबीयत चुक बुरिया ने वसी देख गई तेरे यार। नायक नहीं खलनायक हूं मैं। बॉडी के उत्ते बैग चढ़ते ने हूं असी निकलन लगे हैं। अब बस सिर्फ एक चीज़ की कमी सी ताड़ी नहीं बारिश की। तो बारिश पैन लग पेगी क्योंकि मैं हूँ एक शेर कह लगा वा। शेर सुनो, गिली गिली हो रही है बारिश करन दो मैनू खारिश। तो लो जी बारिश भी हो गई है, तो हुण तुसीं अगे मौसम इंजॉय करो। बाय बाय। Thank you.
पीछे बह के मुंडे थक गए हैं गाइस, बहुत ठंड लग रही है अभी, बोले रिकॉर्डर ठंड हो गई है, ठंड हो गई है, बहुत ठंड हो गई है। ताडे सारेयां दी दुआवां दे नाल ताडा भाई पहुंच गया हेल्पलाइन होटल जी। आपां पहुंच गए हां हेल्पलाइन रेस्टोरेंट ते वेलो असीं वी आ गए हां। मैं कह रहा सारे नथिया गली जा रहे ने, ਸਾਡਾ ਹੱਕ ਵੀ ਇੰਨਾ ਕਿਤੇ ਬੰਦ ਹੀ ਹੈ ਨਾ ਜਾਣਾ। ਤੁਰਦੇ ਤੁਰਦੇ ਮੁੱਕ ਗਿਆ ਰਾਸਤਾ, ਤੈਨੂੰ ਰੱਬ ਦਾ ਵਾਸਤਾ। ਤੇ ਉੱਥੇ ਦਰਖਤ ਦੇ ਉੱਤੇ ਮੈਂ ਇੱਕ ਨੋਟਿਸ ਪੜਿਆ ਵੀ ਗੰਦ ਨਾ ਪਾਈ ਵੇੜਿਆ, ਪਲੀਜ਼ ਬਿਹੇਵ ਲਾਈਕ ਐਨੀਮਲਸ। ਇੱਥੋਂ ਪਤਾ ਚੱਲਦਾ ਕਿ ਇਨਸਾਨਾਂ ਤੋਂ ਅੱਛਾ ਬਿਹੇਵ ਐਨੀਮਲਸ ਕਰਦੇ ਨੇ। ਹੁਣ ਅੱਜ ਤੋਂ ਬਾਅਦ ਮੈਂ ਵੀ ਜਾਨਵਰਾਂ ਤਰ੍ਹਾਂ ਬਿਹੇਵ ਕਰਨਾ ਤੇ ਜਾਨਵਰ ਨਾਲ ਹੀ ਐਂਟਰ ਹੋਇਆ ਤੇ ਨਜ਼ਰ ਵੀ ਆਉਣ ਲੱਗ ਪਏ। ਬਾਕੀ ਮੈਂ ਮੁਰਗੀ ਵਾਂਗ ਆਂਡਾ ਨਹੀਂ ਦੇ ਸਕਦਾ, ਬਾਕੀ ਤੁਹਾਡਾ ਵੀਰ ਪਹੁੰਚ ਗਿਆ। ਜਦੋਂ ਸਿੱਲੀ ਸਿੱਲੀ ਆਉਂਦੀ ਹੈ ਹਵਾ, ਕਿਤੇ ਕੋਈ ਨਾਉਂਦਾ ਹੋਵੇਗਾ ਤੇ ਰੋਟੀ ਕੋਈ ਖਾਂਦਾ ਹੋਵੇਗਾ। ਹਾਂਜੀ ਜੀ ਭਾਈ, ਤੁਹਾਡਾ ਆ ਗਿਆ ਅਲਪਾਈਨ ਰੈਸਟੋਰੈਂਟ ਤੇ ਇੱਥੇ ਥੋੜਾ ਜਿਹਾ ਛਿਲ ਛਿਲ ਕਰ ਲਈਏ, ਤੁਹਾਨੂੰ ਮੋਲ ਛੋਲ ਵਿਖਾ ਦਿੱਤਾ ਤੇ ਮਿਲਦੇ ਹਾਂ ਤੁਹਾਨੂੰ ਥੋੜੀ ਦੇਰ ਬਾਅਦ। ਰੋਟੀ ਦੇ ਵਿੱਚ 50 ਮਿੰਟ ਬਾਕੀ ਹੈ ਪ੍ਰੇਮ, ਤੇ ਇਸ ਲਈ ਹਮ ਆ ਗਏ ਹਾਂ ਥੋੜਾ ਉੱਪਰ 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 ਹਿੰਦੀ ਥੋੜਾ ਉੱਪਰ ਉੱਪਰ ਹਿੰਦੀ ਏਅਰ। ਜਦੋਂ ਮੈਂ ਰੱਖਿਆ ਇੱਥੇ ਪਹਿਲਾ ਕਦਮ, ਬਾਰਿਸ਼ ਹੋਣ ਲੱਗ ਪਈ ਮਦਮ ਮਦਮ। ਹਮ ਇਸ ਟਾਈਮ ਬਾਦਲੋਂ ਕੇ ਉੱਪਰ ਹੈ, ਬਾਦਲ ਹਮਾਰੇ ਨੀਚੇ ਹੈ ਗਾਈਸ। ਤੇ ਮੇਰੇ ਅੱਗੇ ਪਿੱਛੇ ਦੋ ਤਿੰਨ ਬਾਂਦਰੀਆਂ ਫਿਰਦੀਆਂ ਪਈਆਂ, ਕਹਿ ਰਹੀਆਂ ਫੋਟੋਜ਼ ਬਣਾਉਣੇ ਵੀਡੀਓਜ਼ ਬਣਾਉਣੇ, ਤੋ ਹਮ ਅਬ ਨਹੀਂ ਬਣਾ ਰਹੇ। ਆਪ ਵਿਊ ਦੇਖ ਸਕਤੇ ਹੈ ਗਾਈਸ, ਯੇ ਆਪਕੋ ਐਕਸਕਲੂਸਿਵ ਮੁਨਾਜ਼ਰੇ ਦੇਖ ਰਹੇ ਹੈ ਆਪ ਮੇਰੇ ਸੇ, ਠੀਕ ਹੈ। ਕੋਈ ਦੇਖੇ ਨਾ ਦੇਖੇ, ਸ਼ਬੀਰ ਤੋਂ ਦੇਖੇਗਾ, ਯੇ ਤੋਂ ਦੇਖੇ। ਓ ਵਾਓ ਗਾਈਸ, ਅੱਧਾ ਘੰਟਾ ਹੀ ਫਿਰ ਵੀ ਆਏ ਹਾਂ ਅਤੇ ਹਾਲੇ ਤੱਕ ਰੋਟੀ ਨਹੀਂ ਆਈ। ਦਿਸ ਇਜ਼ ਨੋਟ ਫੇਅਰ ਗਾਈਸ। ਹਾਂਜੀ, ਤੋ ਖਾਣਾ ਵਗੈਰਾ ਹਮਨੇ ਖਾ ਲਿਆ ਗਾਈਸ, ਅਭੀ ਹਮ ਜਾਏਂਗੇ ਸਿੱਧਾ, ਦੇਖਤੇ ਹੈ ਕਹਾਂ ਜਾਤੇ ਹੈ, ਆਪਕੋ ਦਿਖਾਤੇ ਹੈ, ਮੈਨੂੰ ਵੀ ਨਹੀਂ ਹਲੇ ਪਤਾ ਹੈ, ਹਾਡੂ ਡਿਸਾਈਡ ਨਹੀਂ ਹੋਇਆ ਹਲੇ। ਤੇ ਇਹ ਕੁੱਤਾ ਇਹ ਹਸਕੀ, ਇਹ ਉੱਥੋਂ ਦੀ ਇਹ ਬੜੀ ਵੱਡੀ ਹਸਤੀ, ਪਰ ਸ਼ਿਟ ਇਹਦੇ ਨਾਲ ਕੋਈ ਕੁੱਤੀ ਨਹੀਂ ਫਸਦੀ। ਇਹ ਜਦੋਂ ਵੀ ਉਹਦੇ ਕੋਲ ਜਾਏ ਉਹ ਇਹਦੇ ਕੋਲ ਨੱਸਦੀ। ਰੋਟੀ ਖਾਣ ਤੋਂ ਬਾਅਦ ਸਾਡੇ ਕੋਲ ਇੱਕ ਨਿਊਜ਼ ਆਈ ਕਿ ਇੱਥੇ ਇੱਕ ਲੱਕੜੀ ਦਾ ਚਰਚ ਬਣਿਆ ਤੇ ਸਾਰਾ ਤੇ ਉਹ ਵੇਖਣਾ ਤਾਂ ਕਿ ਆਪ ਦੇਖ ਰਹੇ ਹੈ ਮੇਰੇ ਕੋਲ, ਔਰ ਮੈਂ ਹੂੰ ਇਸ ਟਾਈਮ ਬਾਦਲੋਂ ਮੇ, ਬਾਦਲ ਪਿੱਛੇ ਹੈ ਮੈਂ ਆਗੇ ਹੂੰ, ਚੈੱਕ ਕਰੋ ਮੈਂ ਅੱਗੇ ਅੱਗੇ ਬਦਲ ਮੇਰੇ ਪਿੱਛੇ ਪਿੱਛੇ। ਸੋ ਖੁਆਰੀ ਤਾਂ ਹੋਈ ਹੈ ਬਟ ਇਟ ਵਰਥ ਪਲੈਜ਼ੈਂਟ ਮੂਮੈਂਟ। ਅਤੇ ਇੰਗਲਿਸ਼ ਮੇਰੀ ਲੀਕ ਹੁੰਦੀ ਪਈ ਹੈ, ਮੈਂ ਰਾਤੀ ਪੂਰੀ ਸੁੱਤਾ ਨਹੀਂ ਹਾਂ ਹੈ ਅਤੇ ਮੈਨੂੰ ਹੁਣ ਨੀਂਦ ਬਹੁਤ ਆਈ ਦੀ ਹੈ, ਅਤੇ ਮੈਂ ਹੁਣ ਕਾਰ ਜਾਵਾਂਗਾ, ਕਾਰ ਜਾ ਕੇ ਸੋ ਜਾਵਾਂਗਾ। ਸੋ ਦੈਟਸ ਇਟ ਫੋਰ ਟੂਡੇ ਗਾਈਸ। ਬੱਦਲ ਦੇ ਵਿੱਚ ਹੀ ਹੁਣ ਬਾਰਿਸ਼ ਹੋਣ ਲੱਗ ਪਈ ਹੈ ਅਤੇ ਜੈਟੂਰੀ ਆ ਗਏ ਨੇ ਸਟੇਟ ਦੇ ਵਿੱਚ, ਸਟੇਟ ਦੇ ਵਿੱਚ ਆ ਗਏ ਨੇ ਤਾਂ ਕਿ ਸ਼ਾਇਦ ਜੈਟੂਰੀ ਗਿੱਲੇ ਨਾ ਹੋਣ। ਅੱਛਾ ਜੀ, ਸੀਨ ਕੁਛ ਐਸੇ ਹੈ ਕਿ ਚਰਚ ਹਮਨੇ ਦੇਖ ਲਿਆ ਔਰ ਅਬ ਹਮ ਜਾ ਰਹੇ ਹੈਂ ਆਪਣੀ ਗੌੜੀ ਕੇ ਪਾਸ। ਅੱਛਾ ਜੀ, ਹੁਣ ਅਸੀਂ ਇਸ ਵਕਤ ਯੂਪੀਆ ਵਾਂ ਅਤੇ ਇੱਥੇ ਇੱਕ ਮੋਟੋ ਟਨਲ ਹੈ, ਉੱਥੇ ਅਸੀਂ ਆਏ ਦੇ ਹਾਂ। ਮੈਨੂੰ ਤਾਂ ਨੀਂਦਰ ਬੜੀ ਆਈ ਦੀ ਹੈ, ਮੈਂ ਥੱਕ ਗਿਆ ਵਾਂ ਅਤੇ ਮੇਰਾ ਸੀਨ ਹੈ ਵੇ ਕੇ ਸੋਈਆਂ ਬਸ, ਪਰ ਖੈਰ ਥੋੜ੍ਹੀ ਜਿਹੀ ਇਹਨਾਂ ਦੇ ਨਾਲ ਨਾ ਟਨਲ ਟੁਨਲ ਵੇਖ ਲੈਂਦੇ ਹਾਂ। ਬਾਰਿਸ਼ ਵੀ ਹੋ ਰਹੀ ਹੈ ਹਲਕੀ ਹਲਕੀ, ਨੇ ਆਪਣੀ ਨੀਂਦਰ ਪੂਰੀ ਕਰ ਲਈ ਹੈ, ਤਾਜ਼ਾ 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 ਤਾਜ਼ਾ। ਗਾਈਸ ਇਹ ਦੇਖੇ ਸਕੈਮ ਹੁੰਦੇ ਹੋਵੇ, ਅਡਲਟਸ 20 ਰੁਪਏ, ਚਿਲਡਰਨ 10 ਰੁਪਏ, ਫੋਰਨਰ 500 ਰੁਪਏ। ਟਨਲ ਹਾਊਸ ਹਾਊਸ ਟਨਲ ਮੈਂ ਯਾਰ ਕਿੱਥੇ ਫਸਾਤਾ ਹਾਊਸ ਓਲਡ ਟਨਲ ਹੈ, ਗਿੱਲੀ ਗਿੱਲੀ ਹੈ ਇਹਦਾ ਇੱਕ ਬਿਲ ਗਿੱਲੀ ਹੈ ਆਹ ਵੇਖ ਟਨਲ ਮੈਂ ਥੋੜ੍ਹੀ ਜਿਹੀ ਗਿੱਲੀ ਗਿੱਲੀ ਹੈ ਆਹ ਫੋਟੋ ਬੜੀਆਂ ਕਮਾਲ ਦੀਆਂ ਆਉਣੀਆਂ ਹੁਣ। ਅਭੀ ਹਮ ਟਨਲ ਸੇ ਬਾਹਰ ਨਿਕਲਣੇ ਲੱਗੇ ਹਾਂ,
टनल से बाहर आ गए फिर अभी टनल चो जाओ निकलना वड़ गए अभी टनल तो हम फिर वड़ गए तो हम उधर फिर निकल जाना तो चलो जी पैसे पूरे इधर से फिर भड़ गए थे इधर से निकल गए हैं तो ये हमारे 20 रुपए पूरे हो गए ये देखें ये टप टप कर रही है इधर से बच गए इन्नी गल ही 20 रुपए पूरे हो गए बाकी हूँ चलने बाकी बूटा की भी मस्ती हो गई लो जी गाइस आ काम भी करता है हूँ थक गए तो नींदर बहुत आ रही है देखते हैं मेरे को मजा नहीं था आर आर ट्योटे में जाने का इसीलिए हमने कराया बाइकिया क्योंकि बाइकिया मैं ता कराया क्योंकि मैं क्यों कराया बाइकिया मैं हूँ मैंने भुल गया मैं क्यों कराया ही ट्योटे दे विच मैनू ओली फुटेज नहीं मिलती पई जो मैं बनाना चाह रहा सा तो हमने कराया एक बाइकिया ते तानू बखा रहे हूँ बाइकिया दे नज़ारे वेखो अब थक चुके है ये कदम चल घर चले मेरे हमदम होंगे जुदा ना जब तक है दम चल घर चले मेरे हमदम ता उम्र प्यार ना होगा कम चल घर चले मेरे हमदम मेरे रहो तुम और तेरे हम चल घर चले मेरे हमदम टोरते टोरते मैं ओदी याद च इंज स्लिप होया कि मेरा गोडे गिटे टुट गए पैर लड़खड़ाने लगे और उसकी याद के होंके आने लगे रास्ते में लगा हुआ था नाका मैं क्या कारो धमाका चला दे बंब पटाका ते जदों नाका खुलिया मैं सारा कुछ भुलिया ते ओथो सारे इंज निकले जिवे ग्लेशियर तो बर्फ पिघले इथो लै के माल रोड तक सी रोड ब्लॉक मैं चाह नहीं सी पीती कि ते हो ना जावा हलाक चाह नू लै के मेरे इरादे ने पाक साफ ते एज यू नो ओथे उन्हां ने लाइया दियां सन मंजियां मैं बड़ा इधर उधर वेख्या मेनू लभियां ना गंजियां सब तो पहले इथे आके मैं कुर्सी पिछे कीती फिर मैं उस तो बाद चाह पीती ते फिर उस तो बाद कप शप सिद्धे करन तो बाद प्लेट दे विच जदो मैं पाई चाह मैं क्या वाह 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 जे तुसी कदी चाह च प्लेट पा के पीती है वे मुबशर पुत्रा ए गल तू की कीती है चलो जी जोक्स अपार्ट ढाबे तो चाह पीन दा जो मजा है ओ कहे भी फाइव स्टार रेस्टोरेंट तो नहीं है पीन दा मजा ते चाह दा कप दे विच थोड़ी जी चाह सी मैं क्या चलो ए भी पी लेने आ छोटी जी जिंदगी है ते चलो जी लेने आ रुको मैं पैसे दे के आया इस्लामाबाद दा टूल प्लाजा कीता है क्रॉस मेनू फड़ाओ प्लास ते इज्जत नहीं आंदी मेनू रास ते घर आ गया दसना तानू एक रास ते मैं हुण आ गया घर ते हुण मैं कह रहा वा के व्लॉग एंड इत्थे करा नहीं असी व्लॉग इत्थे एंड नहीं करांगे क्योंकि मैं ताडे वास्ते एक उत्थे क्लिप बना लिया ही एंडिंग दा ही उत्थों एंड करांगे ते चलो वेखो चलो दासना हुंदन मैं राज मेरे सामने एक फवारा था घर आके मेरे अब्बे ने मुझे बहुत मारा था इसी के साथ टेक केयर बाबा आज के बारी याद के चुमाऊं